ਸਰਪੇਸ਼ ਕਰਦਾ ਹੈ, ਸੇਵਾ ਕਰਦਾ ਹੈ ਤੇ ਨਾਲ ਹੀ ਬੇਨਤੀ ਕਰਦਾ ਹੈ ਮੇਰੇ ਚਰਨ ਵਰਗੇ ਜੀ ਮਜੀਸ਼ਾ ਸਾਹਿਬਾ ਜਿਹੜੇ ਪੜ੍ਹਨੇ ਸਿਖਰਾਂ ਦੇ ਅਤੇ ਉਸਤਾਦਾਂ ਦੁਨੀਆਂ ਦੇ ਵਿੱਚੋਂ ਜਨਾਬ ਸਰਦੋਸ ਕਰਦਾ ਜੀ ਅਤੇ ਮੇਰੇ ਉਸਤਾਦ ਜੀ ਜਨਾਬ ਲਾਭ ਜੰਜੂਆ ਜੀ ਅਤੇ ਸਾਡੇ ਅੰਕਲ ਜੀ ਅਵਤਾਰ ਚੰਦ ਜੀ ਉਹਨਾਂ ਦਾ ਵੈਲਕਮ ਕਰਦਾ, ਨਿੱਜੀ ਦੀਆਂ ਕਰਦਾ ਅਤੇ ਸਾਡੇ ਅਮਰਜੀਤ ਧਮਾਲ ਜੀ ਉਹਨਾਂ ਦਾ ਵੈਲਕਮ ਕਰਦਾ ਜਿਨ੍ਹਾਂ ਨੇ ਕੈਲੰਡਰ ਦੀ ਓਪਨਿੰਗ ਕੀਤੀ ਹੈ। ਸਵੀਗੀ ਦੇ ਨਾਲ ਹਾਜ਼ਰੀ ਆ ਚੱਕ ਛੱਲਾ ਆ ਫਰਗਾਨੀ ਮੋੜ ਤੇ ਸਾਡਾ ਰੁਮਾਲ ਵਿਖਾ ਕੇ ਤੇਰੇ ਲਈ ਜਿੰਨੇ ਰੋਲ ਦਿੱਤੀ ਪਰ ਤੂੰ ਨਾ ਕਦਰਾਂ ਪਾਈਆਂ ਵੀ ਨਾਲੇ ਬਈ ਨਹੀਂ ਨਹੀਂ ਬਣੀ ਤੂੰ ਦਾਰਾ ਕਰ ਲੈ ਮੋੜ ਬਣਾਈਆਂ ਵੀ। ਜਦ ਕਹਿੰਦਾ ਕੋਈ ਕਿਸੇ ਨੂੰ ਪਿਆਰ ਕਰਦਾ ਹੈ ਆਪਣੇ ਮੁਰਸ਼ਦ ਨੂੰ ਪਿਆਰ ਕਰਦਾ ਹੈ ਜਦ ਕੁਛ ਨਹੀਂ ਪੈਂਦਾ ਤਾਂ ਫਿਰ ਤਾਨੇ ਮੇਰੇ ਹੁੰਦੇ ਆ ਕਿਵੇਂ ਕਹਿੰਦੇ ਨੇ ਆ ਚੱਕ ਛੱਲਾ ਆ ਫੜਗਾਨੀ ਮੋੜ ਦੇ ਸਾਡਾ ਰੁਮਾਲ ਦੇ ਜਾਨੀ ਆ ਚੱਕ ਛੱਲਾ ਆ ਫੜਗਾਨੀ ਮੋੜ ਦੇ ਸਾਡਾ ਰੁਮਾਲ ਦੇ ਜਾਨੀ ਤੇਰੇ ਲਈ ਜਿੰਦੀ ਰੋੜ ਕੱਤੀ ਮੈਂ ਤੇਰੇ ਲਈ ਜਿੰਦੀ ਰੋੜ ਕੱਤੀ ਮੈਂ ਤੂੰ ਨਾ ਬਦਰਾ ਪਾਇਆ ਹਵੇ ਫਿਰ ਬਣੀ ਦਿਲ ਦਾ ਫਿਰ ਬਣੀ ਦਿਲ ਦਾ ਕਿਆ ਬਾਤ ਹੈ
ਸਾਰੇ ਦੋਸਤਾਂ ਜਿੰਨੇ ਵੱਲੋਂ ਮੇਰਾ ਵੀ ਸੁਣੋ ਸੋ ਮੇਰੇ ਬੜੇ ਬ੍ਰਦਰ ਮੇਰੇ ਬੜੇ ਬ੍ਰਦਰ ਸੋ ਬਹੁਤ ਸਰਮਾਨ ਸਾਡੇ ਅੰਕਲ ਜੀ ਸਰਦਾਰ ਦਰਸ਼ਨ ਸਿੰਘ ਜੀ ਬਹੁਤ ਸਰਮਾਨ ਕਹਿ ਦਿਓ ਧੰਨਵਾਦ ਥੈਂਕ ਯੂ ਸ਼ੁਕਰੀਆ ਸਾਡੇ ਨਾਲ ਅੱਖ ਬਣਾਵੇ ਜਨਾਬ ਲਾਭ ਮੰਗਿਆ ਜੀ ਸਭਾ ਸਰਵਾਨ ਸਾਡੇ ਕਮਲ ਕਪੂਰ ਜੀ ਕਹਿੰਦਾ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ ਉਸਤਾਦ ਜੀ ਜਸ਼ੀਲਾ ਜੀ ਸਭਾ ਸਰਵਾਨ ਕਹਿੰਦੇ ਧੰਨਵਾਦ ਥੈਂਕ ਯੂ ਸ਼ੁਕਰੀਆ ਹਾਂਜੀ ਤੇਰੇ ਹੀ ਤੋਂ